अस्सलाम वालेकुम जी, मैं हाँ तो अपना होस्ट बाबा जी शाहिद शबीर और मैं पहुँच गया अज माल रोड लाहौर के उत्ते। माल रोड लाहौर के उत्ते असी लैके आए भाई निशान सिंह। भाई निशान सिंह असी की दिखा रहे हैं? असी भाई निशान सिंह दिखा रहे हैं जमजमा तोप किम्स गन और भंगिया वाली तोप जड़ी है महाराजा रणजीत सिंह की फेवरेट तरीन तोप सी है जी। और बहुत वधिया लगता कि जो असी इतिहास में लैके आने तो असी अज तुम दिखाने जा रहे हैं भंगिया वाली तोप। तो उम्मीद करते हाँ तुम लाइक करोगे और अगे शेयर भी करोगे ये भंगिया वाली तोप न, क्योंकि यदा जरा इतिहास है और यदि तवारीख जी है बड़ी डाढ़ी है। जमजमा का मतलब सी कि जो चलती सी ये रुकती नहीं सी, जमजमा यदा ना तो रखा जमजमा कि रुक जा पर यह रुकती नहीं सी, ठीक है जी, रुकती नहीं सी। तो आप कुछ तुहानू दसने आ भाई निशान सिंह भी अज लैके आए हैं तो वो जिदे पूरा पंजाब जिहड़ा महाराजा रणजीत सिंह ने फतह कर लिया वो कि तोप है जिन जमजमा तोप किम्स गन और भंगिया वाली तोप कही जाती है जिड़ी कि महाराजा दी फेवरेट तरीन। हाँ जी भाजी सत श्रीकाल जी। वाहिगुरु जी का खालसा वाहिगुरु जी की फतेह जी। हाँ जी किदा महाराज? पूरा नज़ारा वा जी जी आ तोप वेखो आप चलो जो तुम घुमा के दिखाओ जी। ये सच्ची तोप आ जी, लगता पता लागे खलो के भी ये जी अज तो डेढ़ सदी पहला ये किन्नी के कमाल दी तोप होएगी। दूजी फिलहाल जिहड़ी है ओहदा पता नहीं है किथे है, लेकिन कई बारी कहा जांदा कि इहदी डुप्लीकेट एक बना के एक तोप दे नाल दी बना के ब्रिटिश ने जिहड़ी है ईस्ट पंजाब दे च रखी सी, हुण ओह नहीं पता कि कित्थे है ओह, लेकिन ओरिजिनल जिहड़ी है ओह एक ऐ टोटल तीन सन, एक पानी च रुड़ गई सी, दो बचियां सीगियां, एक दा हुण पता नहीं है अलोप होई हुई है ओह कित्थे है, ते एक जिहड़ी है इह सामणे खलोती है जी जिहनूं कि किम्स गन कहा जांदा। हां जी भाजी आ जाओ, यू आर ऑन बोर्ड, हुण ਤੁਸੀਂ ਗੱਲ ਕਰਨੀ ਹੈ ਔਨ ਬੋਰਡ। ਮੈਨੂੰ ਤੇ ਵੀ ਨਹੀਂ ਪਤਾ ਗੱਲ ਕੀ ਕਰਨੀ, ਮੈਂ ਤੇ ਇੰਨਾ ਕੀ ਬੇਨਤੀ ਕਰ ਸਕਦਾ ਵਾਂ ਕਿ ਭਾਈ ਮੈਂ ਤੇ ਆਪਣੀ ਅੱਖਾਂ ਨਾਲ ਦੇਖ ਰਿਹਾ ਵਾਂ ਤੇ ਤੁਸੀਂ ਆਪਣੇ ਕੈਮਰੇ ਰਾਹੀਂ ਫੋਨ ਰਾਹੀਂ ਦੇਖੋ ਦਰਸ਼ਨ ਕਰੋ ਤੇ ਜਿਹੜਾ ਇਹ ਆਪਣਾ ਇਤਿਹਾਸ ਆ ਤੇ ਉਹਨੂੰ ਤੁਸੀਂ ਫੀਲ ਕਰੋ ਜਿੰਨਾ ਵੱਧ ਤੋਂ ਵੱਧ ਫੀਲ ਕਰ ਸਕਦੇ ਆ। ਕਦੀ ਨਾ ਕਦੀ ਚਲੋ ਤੁਹਾਨੂੰ ਵੀ ਮੌਕਾ ਮਿਲੇ ਤੁਸੀਂ ਵੀ ਆਓ। ਆਹ ਮੇਨ ਰੋਡ ਦੇ ਉੱਤੇ ਖਲੋਤੇ ਆ ਲਾਹੌਰੀਏ, ਸਾਰੇ ਹੀ ਖੁਸ਼ ਹੋ ਕੇ ਲੰਘ ਰਹੇ ਆ, ਵੇਵ ਕਰ ਰਹੇ ਆ, ਵਧੀਆ ਲੱਗਦਾ ਵਾ। ਤੇ ਆ ਪਿੱਛੇ ਭਾਜੀ ਬਿਲਡਿੰਗ ਕਿਹੜੀ ਹੈ? ਇਹੋ ਹੀ ਭਾਈ ਰਾਮ ਸਿੰਘ ਜੀ ਵਾਲੀ ਹੈ, ਨੈਸ਼ਨਲ ਕਾਲਜ ਆਫ ਆਰਟਸ ਹੈ ਉਹ ਨਾਲ ਹੀ ਨਾਲ ਲਾਹੌਰ ਮਿਊਜ਼ੀਅਮ ਉਹ ਵੀ ਦਿਖਾਉਣਗੇ ਆਪਾਂ। ਅੱਛਾ ਉਹ ਬਾਅਦ ਚ ਜਾਣੇ ਆ, ਉਹਦੇ ਪੈਸੇ ਵੱਖਰੇ ਲੱਗਣਗੇ ਜੀ, ਇੱਕੋ ਪੈਸਿਆਂ ਦੇ ਵਿੱਚ ਇੱਕ ਟਿਕਟ ਦੇ ਵਿੱਚ ਦੋ ਵੀਡੀਓ ਕੈਂਥੀਆਂ ਨਹੀਂ ਦਿਖਾਈਆਂ ਜਾਣਗੀਆਂ। ਸੋ ਇਸ ਕਰਕੇ ਆ ਮੈਂ ਤਾਂ ਤੁਹਾਡਾ ਫਨ ਹੀ ਕਰ ਸਕਦਾ ਵਾ, ਬਾਕੀ ਇਤਿਹਾਸ ਜਿਹੜਾ ਉਹ ਸ਼ਾਹਿਦ ਸ਼ਬੀਰ ਜੀ ਨੂੰ ਦੱਸਣਾ ਪੈਣਾ ਵਾ। ਤੇ ਆਹ ਵੇਖੋ ਵੀਰ ਸੀ ਮੋਟਰਸਾਈਕਲ ਦੇ, ਉੱਥੇ ਖਲੋ ਗਿਆ, ਇਹਨਾਂ ਨੇ ਵੇਖਿਆ ਪਿੱਛੇ ਕੋਈ ਕਾਰਨਾ ਹੁੰਦੀ ਹੋਵੇ ਇਹਨੂੰ। ਹਾਂਜੀ ਜੀ, ਇੰਨੀ ਤਾਰੀਫ ਨਾ ਕਰੋ ਸ਼ੋਏਬ ਰਾਣਾ, ਜਿਹੜੀ ਚੀਜ਼ ਕਾਬਲੇ ਤਾਰੀਫ ਹੋਏ ਉਹਦੀ ਹੀ ਤਾਰੀਫ ਕੀਤੀ ਜਾਂਦੀ ਹੈ, ਐਵੇਂ ਤਾਰੀਫ ਨਹੀਂ ਕੀਤੀ ਜਾਂਦੀ ਕਾਕਾ। ਉਹਨਾਂ ਕਿਤੇ ਮੇਰੀ ਤਾਂ ਨਹੀਂ ਕੀਤੀ, ਤੁਸੀਂ ਐਵੇਂ ਨਾ ਕਰੀ ਜਾਂਦੇ? ਨਹੀਂ ਨਹੀਂ ਤੁਹਾਡੀ ਨਹੀਂ ਕੀਤੀ ਹੋਈ, ਉਹ ਕਰ ਰਹੇ ਆ ਜੀ, ਕਹੀ ਜਾਓ ਕਾਬਲੇ ਤਾਰੀਫ ਨਹੀਂ ਹੈਗਾ। ਨਹੀਂ ਨਹੀਂ ਕਿਮਸ ਗੰਨ ਦੀ ਗੱਲ ਕਰ ਰਹੇ ਆਪਣਾ, ਕਦੀ ਉਹ ਕਿਮਸ ਗੰਨ ਦੀ ਗੱਲ ਕਰ ਰਹੇ ਆਪਾਂ। ਤੇ ਲਾਹੌਰ ਦੀਆਂ ਸੜਕਾਂ ਦੇ ਉੱਤੇ ਇੱਕ ਬਾਬਾ ਨਿਹੰਗ ਤੇ ਇੱਕ ਤੁਹਾਡਾ ਆਪਣਾ ਬਾਬਾ, ਦੋਵੇਂ ਟੁਰੇ ਫਿਰ ਰਹੇ ਹਾਂ ਜੀ, ਔਰ ਅਸੀਂ ਪੂਰਾ ਨਜ਼ਾਰਾ ਹੈ ਜੀ। ਭਾਜੀ ਥੋੜੀ ਜੀ ਕਰੀ ਨਾ ਅੱਗੋਂ ਇਹਦਾ ਦਰਸ਼ਨ ਕਰਾ ਦਿਓ, ਉੱਥੋਂ ਤੱਕ ਚੱਲ ਜਾਓ ਵੀਡੀਓ ਬਣਾਉਂਦੇ ਬਣਾਉਂਦੇ ਤੁਸੀਂ ਭਾਜੀ ਜਾ ਜੀ ਕੇ ਕੋਈ ਸਟੇ। ਹਾਂਜੀ ਜੀ, ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜ਼ਮਜ਼ਮਾ ਤੋਪ ਕਿਮਸ ਗਨ ਭੰਗੀਆਂ ਵਾਲੀ ਤੋਪ, ਠੀਕ ਹੈ ਜੀ। ਉਸ ਵਕਤ ਦੀ ਸਭ ਤੋਂ ਵੱਡੀ ਤੋਪ ਸੀਗੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਜਿਹਨੇ ਪੂਰਾ ਪੰਜਾਬ ਇਨਵੇਡ ਕੀਤਾ ਅਤੇ ਇਸ ਤੋਪ ਦੇ ਸਿਰ 'ਤੇ ਕੀਤਾ ਜੀ, ਔਰ ਇਹਦੇ 'ਤੇ ਹੀ ਸਾਰਾ ਜਿਹੜਾ ਮਤਲਬ ਕਿ ਵੈਸੇ ਇਹ ਮੁਗਲ ਅੰਪਾਇਰ ਦੇ ਵਿੱਚ ਮੇੜ ਕੀਤੀ ਗਈ ਸੀ, ਔਰ ਪੂਰੇ ਸ਼ਹਿਰ ਲਾਹੌਰ ਤੋਂ ਤਾਂਬਾ ਇਕੱਠਾ ਕਰਕੇ ਇਹਦੇ ਮੁਤਲਕ ਜਿਹੜਾ ਉਹ ਗੱਲ ਮਿਲਦੀ ਹੈ ਕਿ ਪੂਰੇ ਪੂਰੇ ਸ਼ਹਿਰ 'ਚੋਂ ਤਾਂਬਾ ਇਕੱਠਾ ਕੀਤਾ ਗਿਆ ਸੀ। ਤਾਂਬਾ ਇਕੱਠਾ ਕਰਕੇ ਇੰਨੀ ਵੱਡੀ ਤੋਪ ਬਣਾਈ ਗਈ ਸੀ, ਤਿੰਨ ਤੋਪਾਂ ਘੜੀਆਂ ਗਈਆਂ ਸਨ ਕਿ ਜਿਹੜਾ ਸਭ ਕੰਟੀਨਿਊ ਇੱਧਰ ਇੱਧਰ ਲਓ ਜੀ, ਟ੍ਰੈਫਿਕ ਪੁਲਿਸ ਜਿਹੜੀ ਹੈ ਸਾਡੀ ਉਹ ਆ ਗਈ ਜੀ,
ਮਿਲਣ ਵਾਸਤੇ ਜਿਹੜੀ ਹੈ ਸਰਦਾਰ ਨੂੰ ਵੈਲਕਮ ਕਰਨ ਵਾਸਤੇ ਆ ਦੇਖ ਲਓ ਔਨ ਬੋਰਡ ਕਹਿ ਲਓ ਤੁਸੀਂ ਔਨ ਦਾ ਰੋਡ ਯਾਨੀ ਕਿ ਸਰਦਾਰ ਨੂੰ ਮਿਲਣ ਵਾਸਤੇ ਡਿਊਟੀ ਛੱਡ ਕੇ ਆ ਗਏ ਆਪਣੀ ਓਕੇ ਜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜ਼ਮਜ਼ਮਾ ਤੋਪ ਕਿਮਸਗਨ ਔਰ ਨਾਲ ਦੀ ਨਾਲ ਭੰਗੀਆਂ ਦੀ ਤੋਪ ਯਾਨੀ ਕਿ ਇਹਨੂੰ ਤਿੰਨ ਜ਼ਮਜ਼ਮਾ ਜਿਹੜਾ ਉਹ ਇਹਨੂੰ ਅਫਗਾਨਸ ਜਿਹੜੇ ਸਨ ਉਹਨਾਂ ਦੀ ਵਜ੍ਹਾ ਨਾਲ ਦਿੱਤਾ ਗਿਆ ਮੁਗਲਸ ਦੀ ਵਜ੍ਹਾ ਨਾਲ ਦਿੱਤਾ ਗਿਆ ਔਰ ਜਿਹੜਾ ਭੰਗੀਆਂ ਵਾਲੀ ਤੋਪ ਹੈ ਉਹ ਇਹਨੂੰ ਖਾਲਸਾ ਦੌਰ ਦੇ ਵਿੱਚ ਖਾਲਸਾ ਦੌਰ ਤੋਂ ਬਲਕਿ ਪਹਿਲੇ ਇਹਨੂੰ ਕਿਹਾ ਗਿਆ ਔਰ ਉਸ ਤੋਂ ਬਾਅਦ ਹਾਂਜੀ ਪੂਰੀ ਉਹ ਫਾਰਸੀ 'ਚ ਲਿਖੀ ਹੋਈ ਹੈ ਟੈਕਸਟ ਆਪਾਂ ਵੀ ਨਹੀਂ ਪੜ੍ਹ ਸਕਦੇ ਉਹ ਅਤੇ ਉਹ ਸਾਰੀ ਡਿਟੇਲ ਜਿਹੜੀ ਹੈ ਉੱਥੇ ਲਿਖੀ ਹੋਈ ਹੈ ਇਹਦੇ ਉੱਤੇ ਔਰ ਇਹਦੇ ਮੁਤਲਕ ਤੋਪ ਦੀ ਪੂਰੀ ਜਿਹੜੀ ਜਾਣਕਾਰੀ ਹੈ ਉਹ ਲੱਗੀ ਹੋਈ ਹੈ ਇਹਦੇ 'ਤੇ ਚਲੋ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ ਜੀ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸ਼ਾਹਿਦ ਸ਼ਬੀਰ